फूड सप्लाई मुर्दाबाद, पंजाब सरकार मुर्दाबाद, टक्के शाही नहीं चलेगी, सितार कंपनी मुर्दाबाद, सितार कंपनी। अज का सब तो पहला तो मैं जिहड़ी कांग्रेस सरकार अपने बहुत वड्डे वड्डे दावे करती आ, कदी कहिंदी आ भी कैप्टन अमरिंदर सिंह ने कुछ नहीं किया पंजाब वास्ते, तो उस तो उन्हों हटा के नवे मुख्यमंत्री साहब जिहड़े लाए आ चरणजीत सिंह चन्नी, अज उन्हां दी हाजरी दे विच जो सिक्योरिटी गार्डा दे जिहड़े आ धक्केशाही की जा रही आ पंजाब सरकार वालों, और जिहड़े फूड सप्लाई विभाग के उच्च अधिकारी जिन्हां दी हाजरी दे विच इन्हां दे कई 100 करोड़ का जिहड़ा वा घपला उभर के सामने आऊगा थोड़े समय तक, क्योंकि यदि पूरी जिहड़ी अज नींह जिहड़ी आ जंडियाला गुरु इलाके तो शुरू हो चुकी आ, और लंबे समय तो तुहानू सारयां नू पता कि असी श्रोमणी अकाली दल जिहड़ा वा वह हमेशा गरीब वर्ग की जिहड़े मजदूर वर्ग आ जिहड़े उन्हां दी आवाज़ चुकदा आ, और अज उस ही कड़ी का एक फिर एक नमूना जिहड़ा वा वह सिक्योरिटी गार्डा के रूप के जिहड़ा सामने आ रहा, जिथे करोड़ों रुपइयां का जिहड़ा वा वह सरकार के खजाने नू जिहड़ा चूना ला रही आ जिहड़े रल मिल के सारे विभाग के बंदे। किस तरह चूना लगाया जा रहा है? ये जी जिहड़ी दतार कंपनी आ कोई जिहड़ी वह लगातार जिहड़ी आ वह अपने सिक्योरिटी गार्ड जिहड़े प्रोवाइड करती आ, जिहड़ा बंदा इन्हां नूं तनखाह दे बारे मंग करदा, वर्दियां बारे मंग करदा, अपने हक्कां दी जिहड़ी आ वह ओवर टाइम की गल करदा, उहनूं कढ के बाहर मार दी जिहड़े दहां दहां सालां तों पंजाब दे जिहड़े गदाम आ उन्हां दी राखी दे जिहड़े सिक्योरिटी गार्ड रखे आ, जदों आवाज़ चुकदे आ उन्हां नूं चुक चुक बाहर मारिया जांदा कि तुहाडे ते इहो जिहा कानून लागू करांगे जिहड़ा सन 47 दे विच गोरियां वल्लों लागू किया जांदा सी, लोकां दे उत्ते उह कानून अज लागू किया गया वा जिहड़े पंजाब दे साडे गरीब वर्ग दे सिक्योरिटी गार्ड आ दतार कंपनी वल्लों। ਇਹ ਜੀ ਸਕਿੱਲਡ ਵਿੱਚ ਆਉਂਦੇ ਆ, ਇਹ ਪੰਜਾਬ ਲੇਬਰ ਕਮਿਸ਼ਨ ਦੇ ਐਕਟ ਕਾਨੂੰਨ ਮੁਤਾਬਕ ਇਹਨਾਂ ਦੀ 10,855 ਰੁਪਈਏ ਸੈਲਰੀ ਬਣਦੀ ਆ ਮੰਥਲੀ, ਜਿਹਦੇ ਵਿੱਚ ਹਫ਼ਤੇ ਬਾਅਦ ਇੱਕ ਛੁੱਟੀ ਔਰ ਗਜ਼ਟਡ ਛੁੱਟੀਆਂ ਜਿਹੜੀਆਂ ਵੱਖਰੀਆਂ, ਔਰ ਜੇ 9 ਘੰਟਿਆਂ ਤੋਂ ਵੱਧ ਕੰਮ ਕਰਦੇ ਆ ਔਰ ਇਹਨਾਂ ਨੂੰ ਓਵਰ ਟਾਈਮ ਜਿਹੜਾ ਕੋਈ 52 ਰੁਪਈਏ ਦੇ ਕਰੀਬ ਜਿਹੜਾ ਮਿਲਣਾ ਹੁੰਦਾ ਵਾ, ਜਿਹੜਾ 2018 ਤੋਂ ਬਾਅਦ ਇਹਨਾਂ ਨੂੰ ਇੱਕ ਵਾਰੀ ਵੀ ਨਹੀਂ ਮਿਲਿਆ। ਇਹ ਕੁੱਲ ਮਿਲਾ ਕੇ ਅੱਜ ਤੋਂ ਹੁਣ ਅੱਜ ਤੋਂ ਲੈ ਕੇ ਪਿਛਲੇ ਸਮੇਂ ਤੱਕ 2018 ਤੋਂ ਲੈ ਕੇ ਹੁਣ ਤੱਕ ਕੋਈ 200-250 ਕਰੋੜ ਰੁਪਈਏ ਦਾ ਪੂਰੇ ਪੰਜਾਬ ਦੇ ਵਿੱਚ ਚੂਨਾ ਲੱਗ ਗਿਆ, ਜਿਹੜਾ ਬਹੁਤ ਇਹ ਜਿਹੜਾ ਇੱਕ 26 ਕਰੋੜ ਦਾ ਗਬਨ ਹੋਇਆ ਨਾ ਪਿਛਲੇ ਸਮੇਂ 'ਚ, ਇਹ ਉਹਦਾ ਇੱਕ ਇਹ ਉਸ ਤੋਂ ਬਹੁਤ ਗੁਣਾ ਵੱਡਾ ਗਬਨ ਜਿਹੜਾ ਵਾ ਦਤਾਰ ਕੰਪਨੀ ਔਰ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਔਰ ਪੰਜਾਬ ਸਰਕਾਰ ਦੇ ਜਿਹੜੇ ਉੱਚ ਪੱਧਰੀ ਮੰਤਰੀ ਔਰ ਹੋਰ ਜਿਹੜੇ ਇਹਨਾਂ ਦੇ ਵੱਡੇ ਲੀਡਰ ਜਿਹੜੇ ਇਨਵੋਲਵ ਹੋ ਕੇ ਇਹ ਪੰਜਾਬ ਦੇ ਜਿਹੜੇ ਗਰੀਬ ਵਰਗਾਂ ਦੇ ਹੱਕਾਂ 'ਤੇ ਡਾਕਾ ਮਾਰ ਰਹੇ ਆ। ਇਹ ਸਰ ਅੱਜ ਜਿਹੜਾ ਵਾ ਇਹ ਜੰਡਿਆਲਾ ਗੁਰੂ ਦੇ ਸਿਕਿਉਰਿਟੀ ਗਾਰਡ ਆ ਜਿਨ੍ਹਾਂ ਆਪਣੀ ਮੰਗ ਪਿਛਲੇ ਸਮੇਂ 'ਚ ਚੁੱਕੀ ਸੀ, ਔਰ ਉਹਨਾਂ ਦੀ ਮੰਗ ਚੁੱਕਣ ਦੇ ਨਾਲ ਨਾਲ ਦਤਾਰ ਸਿਕਿਉਰਿਟੀ ਗਾਰਡ ਦੇ ਜਿਹੜੇ ਸਿਕਿਉਰਿਟੀ ਜਿਹੜੇ ਵੱਡੇ ਇਹਨਾਂ ਦੇ ਜਿਹੜੇ ਸੁਪਰਵਾਈਜ਼ਰ ਇਹ ਕੋਈ ਗੁਰਮੀਤ ਸਿੰਘ ਨਾਂ ਦਾ ਦੱਸਦੇ ਆ ਜਿਹੜਾ ਅੰਮ੍ਰਿਤਸਰ ਡਿਸਟ੍ਰਿਕਟ ਚਲਾ ਰਿਹਾ, ਔਰ ਗੁਰਮੀਤ ਸਿੰਘ ਨੇ ਜਦੋਂ ਇਹਨਾਂ ਨੇ ਆਪਣੀ ਮੰਗ ਉਠਾਈ ਵੀ ਸਾਡੀਆਂ ਵਰਦੀਆਂ ਕਿੱਥੇ ਆ, ਸਾਡੀ ਮੰਥਲੀ ਛੁੱਟੀ ਕਿੱਥੇ ਆ, ਸਾਡੀ 10,855 ਰੁਪਈਏ ਤਨਖਾਹ ਕਿੱਥੇ ਆ, ਜਦੋਂ ਇਹਨਾਂ ਆਪਣੇ ਹੱਕਾਂ ਦੀ ਜਦੋਂ ਆਵਾਜ਼ ਉਠਾਈ ਔਰ ਇਹਨਾਂ ਨੂੰ ਉਸੇ ਵੇਲੇ ਹੀ ਉਹਨਾਂ ਤੁਰੰਤ ਬਾਹਰ ਕੱਢ ਕੇ ਮਾਰਿਆ। ਪਰ ਮੈਂ ਇੱਕ ਗੱਲ ਇਹਨਾਂ ਨੂੰ ਠੋਕ ਕੇ ਕਹਿਣਾ ਚਾਹੁੰਦਾ, ਸ਼੍ਰੋਮਣੀ ਅਕਾਲੀ ਦਲ ਇਹ ਚੀਜ਼ ਨਾ ਕਦੀ ਬਰਦਾਸ਼ਤ ਕੀਤੀ ਸੀ ਅਤੇ ਨਾ ਇਹ ਬਰਦਾਸ਼ਤ ਕਰਾਂਗੇ। ਹਰ ਹੀਲੇ ਇਹ ਗਰੀਬ ਪਰਿਵਾਰਾਂ ਦੇ ਨਾਲ ਜਿਹੜਾ ਵਾ ਚਟਾਨ ਵਾਂਗ ਖੜਾ ਵਾ ਸ਼੍ਰੋਮਣੀ ਅਕਾਲੀ ਦਲ, ਔਰ ਸਦਾ ਹੀ ਇਹਨਾਂ ਦੇ ਜਿਹੜਾ ਵਾ ਜਿਹੜੇ ਮਗਰਮੱਛੀਆਂ ਦੇ ਵੱਡੇ ਰੱਖੇ ਉੱਤੋਂ ਤੋਂ ਲੈ ਕੇ ਚੰਡੀਗੜ੍ਹ ਤੋਂ ਲੈ ਕੇ ਇੱਥੇ ਅੰਮ੍ਰਿਤਸਰ ਤੱਕ, ਅੰਮ੍ਰਿਤਸਰ ਤੋਂ ਜਿਹੜੇ ਥੱਲੇ ਆ ਉਹ ਸਾਰਿਆਂ ਨੂੰ ਬਾਹਰ ਕੱਢ ਕੇ ਅਤੇ ਸਿੱਧੀ ਤਨਖਾਹ ਸਾਡੇ ਅਕਾਊਂਟ 'ਚ ਪਾਈ ਜਾਵੇ। ਸਿੱਧੀ ਤਨਖਾਹ ਜਿਹੜੀ ਬਣਦੀ ਆ ਜਿੰਨੀ 10,850 ਰੁਪਏ ਬਣਦੀ ਆ ਸਾਡੇ ਅਕਾਊਂਟ 'ਚ ਵੱਜ ਜਾਵੇ 8 ਘੰਟਿਆਂ ਡਿਊਟੀ, ਜਿਹੜੀ 12 ਘੰਟੇ ਲੈ ਲਏ ਓਵਰ ਟਾਈਮ ਉਹਦਾ ਕੁਛ ਨਹੀਂ ਕਰਦੇ। ਜਿਹੜਾ ਗਦਾਮ ਆ ਜਿਹੜੇ ਵਿਜੀਲੈਂਸ ਦੱਸੇ ਇੰਨਾ ਉਹ 10 ਗਦਾਮ ਹੀ 2 ਸੈਲਰ ਹੀ, ਇਹਨਾਂ ਸਿਰਫ 8 ਗਦਾਮ ਦੱਸੇ ਆ, ਜਿੱਥੇ ਕਿ ਜਿੱਥੋਂ ਮਾਲ ਚੋਰੀ ਆ ਉਹ ਗਦਾਮ ਦਾ ਨਾਂ ਹੀ ਨਹੀਂ ਲਿਆ ਇਹਨਾਂ ਨੇ, ਡਾਇਮੰਡ ਸੈਲਰ ਦਾ ਨਾਂ ਹੀ ਨਹੀਂ ਲਿਆ ਨਾ। ਜੇ ਚੱਲੋ ਗੌਰਮੈਂਟ ਦੇ ਹਿਸਾਬ ਨਾਲ ਡਿਊਟੀ ਕਿੰਨੇ ਘੰਟੇ? 8 ਘੰਟੇ ਡਿਊਟੀ ਸਾਡੀ ਜੀ, 8 ਘੰਟੇ ਡਿਊਟੀ। ਇੱਕ ਸਾਹਿਬ ਮੰਤਰੀ ਸਾਹਿਬ ਨੂੰ ਇਹ ਦੱਸਿਆ ਜਾਓ ਵੀ ਆਹੜੇ ਮਗਰਮੱਛ ਆਏ ਸਾਰੇ ਬਾਹਰ ਕੱਢੋ, 8 ਘੰਟੇ ਡਿਊਟੀ 12 ਘੰਟੇ ਲੈਣ ਡੇ ਸਾਨੂੰ ਕੋ, ਹਰ ਇੱਕ ਕੀਪਰ ਹੁੰਦਾ ਵਾ, ਕੋਈ ਕੀਪਰ ਨਹੀਂ ਦਿੰਦੇ ਸਾਨੂੰ, ਇਹ ਅਸੀਂ ਬੰਦੇ ਨੂੰ ਕਹਿੰਦੇ ਡਿਊਟੀ ਕਰਨੀ ਘਰ ਨੂੰ ਜਾ, ਸੁਪਰਵਾਈਜ਼ਰ ਕੌਣ ਕਹੀ ਆ ਮੁੰਡੇ ਉਹਨੇ ਕਿਹਾ ਵੀ ਭਾਅ ਜੀ ਮੇਰੀ ਤਨਖਾਹ, ਇਹਨੂੰ ਕਹਿੰਦੇ ਘਰ ਚੱਲ ਜਾ, ਉਹ ਕਹਿੰਦਾ ਵੀ ਤਨਖਾਹ ਭਾਅ ਜੀ ਮੇਰੀ ਨਵੇਂ ਤਨਖਾਹ ਤੋਂ ਆਹ ਤਨਖਾਹ ਠੇਕਾਣੀ ਆ, ਤਨਖਾਹ ਲੈਣੀ ਨਹੀਂ ਮਿਲਣੀ ਤੇ ਘਰ ਪਹੁੰਚ ਆਪਣੇ, ਸਾਨੂੰ ਤਨਖਾਹ ਤਾਂ ਠੇਕਾਣੀ ਆ, ਤਨਖਾਹ ਨਹੀਂ ਮਿਲਣੀ ਕੋਈ ਕੰਮ ਆਓ ਨਾ ਆਓ ਅਸੀਂ ਇਹ ਮਾਂ ਕਹਿੰਦੇ ਹੋ ਜਿਹੜੇ ਮਗਰਮੱਛ ਵੱਡੇ ਜਿਹੜੇ ਆਹ ਤਨਖਾਹਾਂ ਖਾਣ ਡੇ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਅਤੇ ਗੌਰਮੈਂਟ ਸਿੱਧੀ ਤਨਖਾਹ ਸਾਡੇ ਅਕਾਊਂਟ 'ਚ ਪਾਵੇ, ਆਊਟਸੋਰਸਿੰਗ ਨੂੰ ਇਨਸੋਰਸਿੰਗ ਕੀਤਾ ਜਾਵੇ। ਚੰਨੀ ਸਾਹਿਬ ਕਹਿ ਰਹੇ ਵੀ ਕਰਾਂਗੇ, ਪਰ ਕਰਨਾ ਕਦੋਂ ਆ? ਜਦੋਂ ਬੰਦਾ ਸਾਡਾ ਦਵਾਈ ਖਾ ਕੇ ਮਰ ਗਿਆ ਉਦੋਂ ਕਰਨੇ ਆ? ਹੁਣ ਕਰਨ ਜੋ ਕਰਨਾ ਵਾ।
ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਸ਼ਿੰਦਰਪਾਲ ਸਿਕਿਉਰਿਟੀ ਗਾਰਡ ਦਤਾਰ ਕੰਪਨੀ ਵੱਲੋਂ ਮੈਂ ਇੱਥੇ ਲੱਗਾ ਸੈਂਟਰ ਜੰਡਿਆਲਾ ਗੁਰੂ ਤੇ। ਅੱਜ ਕੀ ਲੋੜ ਪੈ ਗਈ ਤੁਹਾਨੂੰ ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਦੇ ਨਾਮ ਸਰ ਸਾਨੂੰ ਜ਼ਬਰਦਸਤੀ ਧੱਕੇ ਸ਼ਾਹੀ ਨਾਲ ਸਾਨੂੰ ਕੱਢਿਆ ਜਾਂਦਿਆ। ਉੱਧਰ ਮਾਣਯੋਗ ਸਾਡੇ ਮੁੱਖ ਮੰਤਰੀ ਜੋ ਸਾਹਿਬ ਹੈਗੇ ਆ ਚੰਨੀ ਸਾਹਿਬ, ਉਹਨਾਂ ਕਿਹਾ ਵਾ ਕਿ ਤੁਹਾਨੂੰ ਆਉਣ ਵਾਲੇ ਜਿਹੜੇ ਗਾੜੀ ਨੌਜਵਾਨ ਹੈਗੇ ਉਹ ਅੱਗੇ ਵੱਧ ਕੇ ਆਉਣ, ਉਹਨਾਂ ਨੌਕਰੀ ਮਿਲੂਗੀ। ਜਿਹੜੇ ਲੱਗੇ ਉਹਨਾਂ ਰੈਗੂਲਰ ਸਾਈ ਕੰਪਨੀ ਵਿੱਚ ਪ੍ਰਾਈਵੇਟ ਲੱਗੇ ਹੋਏ, ਸਾਨੂੰ ਧੱਕੇ ਮਾਰ ਕੇ ਕੱਢਿਆ ਗਿਆ ਇੱਥੋਂ ਜ਼ਬਰਦਸਤੀ ਸਾਨੂੰ ਦਤਾਰ ਕੰਪਨੀ ਨੇ। ਕਿੰਨਾ ਚਿਰ ਹੋ ਗਿਆ ਡਿਊਟੀ ਕਰਦੇ ਸਾਨੂੰ? ਭਾਜੀ 16-17 ਸਾਲ ਹੋ ਗਏ ਆ। ਕਿੰਨੇ ਬੰਦੇ ਸੀ ਭਾਜੀ, ਕਿੰਨੇ ਬੰਦੇ ਕੱਢੇ ਗਏ ਵਿੱਚੋਂ? ਇਹ ਆਪਣੇ ਯਕਦਮ ਨਹੀਂ ਕੱਢੇ ਨਾ, ਇੱਕ ਦਿਨ 'ਚ ਦੋ ਬੰਦੇ ਕੱਢੇ, ਕਦੇ ਇੱਕ ਕਰਕੇ ਕੱਢੇ। ਕੁੱਲ ਕਾਰਨ ਇਹਨਾਂ ਦਾ ਇਹੋ ਆ ਕਿ ਮਤਲਬ ਅਸੀਂ ਆਪਣੇ ਬੰਦੇ ਰੱਖਣੇ ਆ, ਇੰਸਪੈਕਟਰ ਆਪਣੇ ਬੰਦੇ ਲੈ ਕੇ ਆਏ ਨਵੇਂ, ਉਹ ਰੱਖਣੇ ਆ। ਜੋ ਪਹਿਲਾਂ ਕਪੜਾ ਹੋਇਆ ਵਾ, ਜੋ ਤੁਹਾਨੂੰ ਪਤਾ ਜੰਡਿਆਲੇ ਸੈਂਟਰ ਦੇ ਵਿੱਚ ਜੋ ਕਰੋੜਾਂ ਰੁਪਈਆ ਦਾ ਕਪੜਾ ਕੀਤਾ ਗਿਆ, ਜੋ ਕਣਕ ਦਾ ਕਪੜਾ ਕੀਤਾ ਗਿਆ, ਅੱਜ ਤੋਂ ਪਹਿਲਾਂ ਕਿਹਾ ਵਿਜੀਲੈਂਸ ਨੇ, ਕਿਹਾ ਹਰੇਕ ਨੇ, ਕਿਹਾ ਡਿਪਾਰਟਮੈਂਟ ਨੇ ਰੌਲਾ ਪਾਇਆ ਵੀ ਜਸਦੀਪ ਸਿੰਘ ਫਰਾਰ ਹੋ ਗਿਆ ਵਾ, ਉਹ ਕਰੋੜਾਂ ਰੁਪਈਆ ਦਾ ਕਪੜਾ।